मॉर्निंग गाइस, रामनवमी को रामनवमी की आप सबको बहुत बहुत शुभकामनाएं एंड बहुत बहुत शुभकामनाएं आप सबको। इधर लॉग लाया नहीं, लॉग मेरे सामने ला देना चाहिए है ना। एक मिनट होल्ड करो गाइस। ताले तुले लाने होंगे गाइस, मेक श्योर करना होंगे सब सही तरीके दे नाल चल रहा है। हूँ गड्डी कितनी गर्म है यार। ओहो, इतनी गर्म हो रखी है जिसका कोई हिसाब नहीं। हूँ आप जा रहे हैं टांडे। मेरे तो सुइया चुभन लग पा गाइस धुप ना। विनय और नितिन भी जा रहे हैं मेरे साथ। चाचे ने लंगर लाया ना टांडे तो उत्थे जा रहे हैं। बट मैं ना काफी थकावट महसूस कर रहा हूँ गाइस। वही मैं सोच रहा था कि कल मैंने वो दिन निकाल कैसे लिया, क्योंकि मेरे को पता है जब मैं ना सो ना मेरी हालत हो जाती है खराब, और उस दिन तो हुई नहीं, मतलब कल तो हुई। आज ऐसे थकावट थकावट महसूस हो रही है, मैं बता नहीं सकता। डाउन डाउन बॉडी सी लग रही है, थक गया हूँ मैं गाइस, थक गया हूँ मैं। चलो मिलते हैं फिर बाद जो है ना, वेट करो कि बाद में मिलते हैं। कर दे फिर शुरू। हेलो हेलो हेलो। सुना इतने लग रहा है तैयारी, मैं चल रहा थले। हूँ पंता का मशहूर लंगर रामनवमी वाले दिन जो खाते हैं उन्होंने पता होगा हिसाब किताब है। आ जगह भी अपनी है गाइस, बाकी आओ तुम लै चलिए। बना दिए इतने ऑफिस, फिर जगह खाली है। और जी नहीं नहीं कॉपीराइट आ जाऊगा ना, कॉपीराइट आ जाता। चलो मैं यार पूरियां खान लग गया। अमन अमन ते मैं भी इतने वरतते रहे, पता तू अमन ते मैं इतने वरता रहे उदो इना हों। हाँ बस चलिया नहीं है। ਨਾਲ ਹੀ ਇਹ ਇੱਥੇ ਮੋਬਾਈਲ ਤੇ ਫੜ ਕੇ ਰੱਖੂਗਾ।
So guys, Tanda Jaja Chowk. ਰਿਸਪੋਂਸ ਬਹੁਤ ਵਧੀਆ ਆ ਸਾਰਾ ਹੀ ਸਾਰਾ ਹੀ ਸਾਰਾ ਸਾਰਾ ਹੀ ਸਾਰਾ ਹੀ ਕੋਲੇਸਟ੍ਰੋਲ ਲੋਕਾਂ ਨੂੰ ਗਲਾਤਾ ਆਪ ਹੀ ਖਾਓ ਆਪ ਖਾਓ ਆਪ ਹੀ ਖਾਓ ਸਾਰਾ ਕੋਲੇਸਟ੍ਰੋਲ ਲੋਕਾਂ ਨੂੰ ਖਿਲਾਤਾ ਆਪ ਹੀ ਖਾਓ ਮੁੰਡੇ ਦੀ ਕਰ ਯਾਰ ਕਰ ਯਾਰ ਸਦਾ ਸਦਾ ਇਹ ਲੰਗਰ ਚੱਲਦਾ ਰਹੇ ਤੇ ਤੇਲ ਵਾਲੀ ਕੱਢ ਕੇ ਦੇ ਜਰਾ ਭਾਈ ਨੂੰ ਜਰਾ ਮਨੇ ਦੋ ਸਾਰੇ ਮਾਰੇ ਭੁਗਤ ਜਾਣਗੇ ਨਵੀਆਂ ਆ ਰਹੀਆਂ ਸਾਰੇ ਭੁਗਤ ਜਾਣਗੇ ਕੋਈ ਨੀ ਦਿੰਦੇ ਤੁਸੀਂ ਦੁਬਾਰਾ ਖਾ ਕੇ ਆਓ ਦੋ ਦੋ ਦੇ ਸਾਰਿਆਂ ਨੂੰ ਸਾਰੇ ਭੁਗਤ ਜਾਣਗੇ ਨਾ ਉੱਪਰ ਗਿਆ ਨੂੰ ਇਹਨਾਂ ਦਾ ਲੱਕ ਵੀ ਬਹੁਤ ਦੁਖ ਰਿਹਾ ਆ ਚੱਲ ਹੈਲੋ ਹੈਲੋ ਹਾਂਜੀ ਭਗਤ ਜੀ ਜਿਹੜੇ ਜਿਹੜੇ ਭਗਤ ਜਨ ਉੱਪਰ ਬੈਠੇ ਹਨ ਜਲਦੀ ਜਲਦੀ ਥੱਲੇ ਸੇਵਾ ਤੇ ਪ੍ਰਧਾਨ ਅਗਲੇ ਏਸੀ ਲਾ ਕੇ ਬੈਠੇ ਆ ਕੋਈ ਨੀ ਸੌਂਦਾ ਠੀਕ ਹੈ ਸਿਰਾ ਸਿਰਾ ਜਾਓ ਜਾਓ ਹੁਣ ਸਭ ਤੋਂ ਪਹਿਲਾਂ ਪੂਜਨ ਪਾਂਜਿਆਂ ਦਾ ਹੀ ਹੋਇਆ ਸੀ ਪੂਜਨ ਭਾਂਜਿਆਂ ਦਾ ਕਾਫੀ ਵਧੀਆ ਤਰੀਕੇ ਨਾਲ ਹੋ ਗਿਆ ਤੇਰੀ ਮੈਂ ਰਫੂ ਕਰਾ ਦੇਣਾ ਮੇਰੇ ਤੋਂ ਤਾਂ ਆਪ ਨੀ ਲੈ ਹੁੰਦੀ ਮੈਂ ਤਾਂ ਆਪ ਰਫੂ ਕਰਾਈ ਆ ਪੈਂਟਾਂ ਲੈ ਕੇ ਦੇਣਾ ਵਧੀਆ ਡਿਜ਼ਾਈਨ ਵਾਲੀ ਆਜ ਤੁਹਾਨੂੰ ਲੈ ਕੇ ਦੇਣਾ ਟੀ ਆਰ ਦੀ ਪੈਂਟ ਲੈ ਕੇ ਦੇਣਾ ਮੈਨੂੰ ਅੱਜ ਬ੍ਰੈਡ ਫੜ ਲਿਓ ਬੀਆਂ ਦਾ ਉਹਨਾਂ ਖਾ ਲਓ ਸਬਜ਼ੀ ਆਹ ਭਰ ਰਿਹਾ ਬਿਨੇ ਭਰ ਰਿਹਾ ਇਹ ਬਹੁਤ ਵਧੀਆ ਆਲੂ ਬਣੇ ਆ ਹੱਥ ਹੋ ਗਈ ਏਦਾਂ ਨਾ ਕਰੋ ਯਾਰ ਇਹ ਬ੍ਰੈਡ ਨਾਲ ਬਹੁਤ ਵਧੀਆ ਲੱਗਣੇ ਆਲੂ ਇਹ ਆਜਾ ਟੈਂਕੀ ਚ ਪਾ ਲਾ ਆਲੂ ਸਵੇਰ ਦਾ ਫੰਕਸ਼ਨ ਨਹੀਂ ਕੀਤਾ ਸਬਜ਼ੀ ਲੈ ਲਓ ਬ੍ਰੈਡ ਨਾਲ ਖਾ ਲਈਓ ਰੋਟੀ ਪਕਾ ਲਈਓ ਅੱਜ ਆਇਓ ਆਪ ਸਬਜ਼ੀ ਪਾ ਯਾਰ ਇਹਨਾਂ ਨੂੰ ਜਿਹੜਾ ਬੰਦੇ ਕੋਲ ਲਿਫਾਫਾ ਨਹੀਂ ਹੈਗਾ ਉਹਨਾਂ ਦੀ ਮੋਟਰਸਾਈਕਲ ਦੀ ਟੈਂਕੀਆਂ ਆਲੂ ਭਰ ਦਿਓ ਵਧੀਆ ਨਜ਼ਾਰਾ ਲੈ ਰਹੇ ਗਾਇਸ ਕੱਲ ਰਾਮਨੌਮੀ ਸੀ ਤੇ ਕੱਲ ਸਾਰਿਆਂ ਦਾ ਵਰਤ ਸੀ ਤੇ ਮੈਂ ਵਰਤ ਵੁਰਤ ਘੱਟੇ ਹੀ ਰੱਖਦਾ ਗਾਇਸ ਆਪਣੀ ਮਿਸਿਸ ਤੋਂ ਬਾਅਦ ਦੇਖਾਂਗੇ ਵਰਤ ਵੁਰਤ ਦਾ ਲੇਕਿਨ ਰਾਮਨੌਮੀ ਤੋਂ ਅਗਲੇ ਦਿਨ ਅਸੀਂ ਲੰਗਰ ਲਾਈਦਾ ਵਧੀਆ ਆਪਣੇ ਆਫਿਸ ਦੇ ਨੀਚੇ ਮੌਸਮ ਦੇਖੋ ਕਿੰਨਾ ਜ਼ਬਰਦਸਤ ਹੋਇਆ ਹੋਇਆ ਗਾਇਸ ਗੈਂਡ ਮਾਹੌਲ ਹੋਇਆ ਪਿਆ ਉਹ ਖੜੀ ਆ ਸਕੋਡਾ ਆਪਣੀ ਉਹ ਇਨੋਵਾ ਉਹਦੇ ਉੱਪਰ ਮੱਲੀ ਸਾਹਿਬ ਇੱਕ ਦਿਨ ਵਿੱਚ ਆਇਆ ਸੀ ਤੁਸੀਂ ਸਹੀ ਨੂੰ ਮੱਲੀ ਸਾਹਿਬ ਨੂੰ ਵਧਾਈਆਂ ਦੇ ਦਈਏ ਆਨਲਾਈਨ ਦੇ ਦਈਏ ਵਧਾਈਆਂ ਤੁਹਾਨੂੰ ਚਾਹੀਦੀ ਪੱਕੇ ਅਮਰੀਕਾ ਵਾਲੇ ਹੋ ਗਏ ਆਪਦੇ ਹੀ ਹੋ ਗਏ ਸਾਡੇ ਵਾਲੀ ਕਹਿੰਦਾ ਹੁਣ ਮੈਨੂੰ ਆਈਫੋਨ ਭੇਜੇ ਮੈਨੂੰ ਮੈਂ ਕਹਿਣਾ ਅਮਨ ਆਪਣੇ ਬਾਪੂ ਨੂੰ ਨੀ ਕੁਝ ਭੇਜਣਾ ਹੈਗਾ ਤੂੰ ਮੈਨੂੰ ਭੇਜਣਾ
ਆਈਫੋਨ ਮੰਗਾਣਾ ਹੁਣ ਅਮਨ ਤੋਂ, ਪਤਾ ਲੱਗੇ ਵੇ ਬਾਹਰੋਂ ਮੰਗਾ ਕੇ ਕਿੱਦਾਂ ਦੇ ਲੱਗੇ। ਓਹੋ ਕਿਉਂ, ਤੁਸੀਂ ਪਤਾ ਕਿੰਨੇ ਸੋਹਣੇ ਲੱਗਦੇ ਆ, ਨਹੀਂ ਮੁੰਡੇ ਗੁੰਡੇ ਨਹੀਂ ਪਤਾ ਲੱਗਣਾ ਚਾਹੀਦਾ, ਮੁੰਡੇ ਗੁੰਡੇ ਜਾਂ ਜਿੰਨੇ ਜੋਗੇ ਹੋਏ ਤਾਂ ਕਿਹਨਾਂ ਕਰਕੇ ਹੋਏ ਆ, ਬਜ਼ੁਰਗ ਦੋਨਾਂ ਤੁਸੀਂ। ਗਾਇਜ਼ ਮੈਨੂੰ ਆਪਣੀ ਜ਼ਿੰਦਗੀ 'ਚ ਐਸ਼ ਮਸਤੀ ਕਿਹਨੇ ਸਿਖਾਈ, ਚਾਚੇ ਨੇ। ਜ਼ਿੰਦਗੀ ਦਾ ਪਹਿਲਾ ਬਰਗਰ ਚਾਚੇ ਨੇ, ਸਟ੍ਰੋਬਰੀ ਸ਼ੇਕ ਚਾਚੇ ਨੇ। ਮੈਨੂੰ ਬਰਗਰ ਅੱਜ ਵੀ ਯਾਦ ਆ ਉਹਦਾ, ਲੋਬ ਸਟੋਪ ਦਾ ਟਾਂਡੇ ਮੈਨੂੰ ਬਹੁਤ ਖਲਾਏ ਕੁਲਚੇ। ਗੋਲ ਗੱਪੇ ਖਾਣ ਚੱਲੀਏ ਹੁਣ ਉੱਥੇ, ਹੈ ਲਓ ਲਿਆ ਦੇ ਪਾਲਵਾਂ। ਸੋ ਗਾਇਜ਼ ਅੱਜ ਇਹਨਾਂ ਨੂੰ ਸ਼ਗਨ ਮਿਲਿਆ ਵਧੀਆ, ਤੇ ਅਸੀਂ ਸ਼ੇਕ ਪੀਣ ਆਏ ਆ। ਮੇਰੇ ਤਾਂ ਬਹੁਤ ਖੁਸ਼ ਆ, ਕਹਿੰਦਾ ਇੱਕ ਸ਼ਗਨ ਤਾਂ ਮੈਂ ਸ਼ੇਕਸ ਵਗੈਰਾ ਪੀ ਲੈਂਦੇ ਹਾਂ, ਤੇ ਕਹਿੰਦਾ ਇੱਕ ਸ਼ਗਨ ਤਾਂ ਮੈਂ ਤੇਲ ਪਾ ਲੈਣਾ। ਮੇਰੀ ਉਹਨਾਂ ਇਹੀ ਲੜਾਈ ਚੱਲਦੀ ਆ ਕਿ ਨਹੀਂ, 500 ਦਾ ਤੇਲ ਮੈਂ ਪਾਉਣਾ ਵਾ। ਕਾਰ ਤੇ ਹੀ ਗਏ ਆ ਤੁਸੀਂ, ਪੈਦਲ ਤਾਂ ਨਹੀਂ ਗਏ ਨਾ, ਤਾਂ ਵੀ ਕੁਝ ਮੇਰਾ ਤਾਂ ਬਣਦਾ ਆ, ਮੈਨੂੰ ਤਾਂ ਕੋਈ ਸ਼ਗਨ ਨਹੀਂ ਮਿਲਿਆ ਉੱਥੋਂ। ਮੈਨੂੰ ਹੁਣੀ ਲੋ ਇੱਚੋ ਤੋਂ ਚਾਰ ਸ਼ੇਕ ਪੀਤਾ ਰੁਪਈਆ 1100 ਚਾਰ ਤਫੜਾ। ਹੋਰ ਇਸ ਤੋਂ ਬਾਅਦ ਜੇ ਤੂੰ ਉਨਾ ਰੋਡ ਤੇ ਮਹਿਤਪੁਰ ਰੋਡ ਤੇ ਪੀਣਾ ਆ, ਦਿਆਲ ਵਾਲੇ ਤੇ ਪੀਣਾ ਆ, ਤਾਂ ਦਿਆਲ ਵਾਲੇ 240 ਰੁਪਏ ਦਾ ਹੈ। ਉਹ ਜਿਹੜਾ ਹਾਊਸ ਆ ਜਿੱਥੇ ਕਹਿੰਦੇ ਰੋਟੀ ਖਾ ਲੈਂਦੇ ਆ, ਹਾਂ ਉੱਥੇ ਜਦੋਂ ਗਏ ਅਸੀਂ ਚਮੁੰਡਾ ਜੀ ਵਗੈਰਾ ਗਏ ਸੀ ਨਾ ਉਦੋਂ, ਹਾਂ ਉਹਨੇ ਤੋਂ ਆਏ ਸੀ ਜਦੋਂ ਅਸੀਂ। ਵਿਨੇ ਜੀ ਤੁਸੀਂ ਕਿਹੜੇ ਸਮੇਂ 'ਚ ਘੁੰਮਦੇ ਆ, ਮੈਨੂੰ ਤਾਂ ਲੱਗਦਾ ਤੂੰ ਸ਼ਹਿਰ ਹੀ 15 ਸਾਲ ਤੋਂ ਬਾਅਦ ਬਣਿਆ। ਮੈਂ ਵੈਸੇ ਪੁੱਛਿਆ ਤੇ ਆਪਣੇ ਜਿੱਦਾਂ ਹੁਣ ਇਹਦੇ ਬੰਦੇ ਆ ਕਿ ਸਹੀ ਇਹ ਆ ਕਿ 2 ਕਿਲੋ ਅੰਬ ਤੇ ਦੁੱਧ ਦੇ ਵਿੱਚ ਪਾ ਕੇ ਮੈਂਗੋ ਸ਼ੇਕ ਪਾ ਕੇ ਪੀਤਾ ਜਾਵੇ, ਉਹ ਸਸਤਾ ਪੈਂਦਾ ਫੈਮਿਲੀ ਵਾਸਤੇ। ਸਹੀ ਆ, ਮੈਂਗੋ ਸ਼ੇਕ ਦਾ ਮੈਨੂੰ ਬਹੁਤ ਪਸੰਦ ਆ, ਮੈਂ ਤਾਂ ਆਪ ਜੱਗ ਭਰ ਕੇ ਪੀਂਦਾ ਹੁੰਦਾ। ਮੈਂਗੋ ਜੇ ਵਾਗੀ ਕੋਈ ਸਸਤਾ ਪੈਂਦਾ, 200 ਰੁਪਏ 600 ਲਾਇਆ ਨਾ, ਭਾਵੇਂ 10 ਬੰਦਿਆਂ ਨੂੰ ਪਲਾ ਦਿੰਦਾ ਘਰ ਸਾਰਾ ਤੋਂ ਹੋ ਜਾਂਦਾ ਨਾ ਸ਼ੇਕ ਦੀ ਗੇਸ਼ ਨੂੰ ਨਾ ਜਿਹਦਾ ਹੁੰਦਾ ਹੈ ਨਾ। ਕੀ ਦੱਸਾਂ ਮੈਂ, ਚਲੋ ਗਾਇਜ਼ ਮਿਲਦੇ ਹਾਂ, ਜ਼ਰੂਰੀ ਕੰਮ ਯਾਦ ਆ ਗਿਆ। ਸੋ ਗਾਇਜ਼ 12 ਵੱਜ ਗਏ ਹੈ, ਮੈਂ ਅੱਜ ਆਫਿਸ ਨਹੀਂ ਗਿਆ ਕਿਉਂਕਿ ਕੱਲ੍ਹ ਪੂਰਾ ਦਿਨ ਲੰਗਰ ਸਰਵ ਕਰ ਰਹੇ ਥੇ, ਬੜਾ ਜ਼ੋਰ ਜਿਹਾ ਲੱਗਿਆ ਹੋਇਆ ਸੀ ਔਰ ਐਸੇ ਲੱਗ ਰਿਹਾ ਸੀ ਥਕਾਵਟ ਸੀ ਹੋ ਗਈ। ਨੀਂਦ ਪੂਰੀ ਕਰਨੀ ਵੀ ਜ਼ਰੂਰੀ ਹੁੰਦੀ ਹੈ ਗਾਇਜ਼, ਸਮਝ ਰਹੇ ਹੋ ਨਾ, ਅਗਰ ਨੀਂਦ ਪੂਰੀ ਨਾ ਹੋ ਤਾਂ ਫਿਰ ਅਗਰ ਮੈਂ ਆਫਿਸ ਚਲੇ ਜਾਂਦਾ ਨਾ ਤਾਂ ਮੇਰੇ ਕੋਲ ਵਹਾਂ ਪਰ ਨੀਂਦ ਆਤੀ, ਅਗਰ ਮੈਂ ਵਹਾਂ ਪਰ ਵੀ ਨਹੀਂ ਸੋਤਾ ਫਿਰ ਮੇਰੇ ਕੋਲ ਜਿਮ ਟਾਈਮ ਮੈਂ ਨੀਂਦ ਆਤੀ, ਫਿਰ ਸ਼ਾਮ ਤੱਕ ਤਾਂ ਸਿਰ ਹੀ ਦੁਖਣਾ ਸ਼ੁਰੂ ਹੋ ਜਾਂਦਾ। ਕੱਲ੍ਹ ਜੋ ਹਮਨੇ ਲੰਗਰ ਲਗਾਇਆ ਤਾ ਵੋ ਰਾਮਨੌਮੀ ਕੇ ਅਗਲੇ ਦਿਨ ਲਗਾਤੇ ਹੈ, ਰਾਮਨੌਮੀ ਵਾਲੇ ਦਿਨ ਤੋਂ ਲੋਕੋ ਕਿ ਫਾਸਟ ਹੁੰਦਾ ਹੈ ਨਾ, ਇਸ ਵਜ੍ਹਾ ਸੇ। ਬਾਕੀ ਬੜੀਆ ਹੋ ਗਿਆ ਜੀ ਪ੍ਰੋਗਰਾਮ, ਬਾਕੀ ਜੋ ਇੱਕ ਦੋ ਬੰਦੇ ਕਮੈਂਟ ਕਰ ਰਹੇ ਥੇ ਕਿ ਘਬਰਾ ਗਿਆ ਮੈਂ ਕਮੈਂਟ ਡਿਲੀਟ ਕਰਾਂ, ਮੈਂ ਕਮੈਂਟ ਡਿਲੀਟ ਨਹੀਂ ਕਰੇ, ਆਪ ਸਭ ਕੇ ਹਾਈਡ ਕਰੇ ਹੈ, ਇਸ ਵਜ੍ਹਾ ਸੇ ਹਾਈਡ ਕਰੇ ਹੈ ਕਿ ਯਾਰ ਮੇਰੇ ਬੰਦੇ ਦੇਖ ਕੇ ਵਹਾਂ ਪੇ ਇੱਕ ਦੂਸਰੇ ਕੋ ਤੁਮ ਗਾਲੀ ਗਲੋਚਨਾ ਦੇਣਾ ਸ਼ੁਰੂ ਕਰ ਦਿਉ ਔਰ ਇੱਕ ਦੂਸਰੇ ਕੇ ਸਾਥ ਲੜਨਾ ਪੜੋ, ਹੈ ਨਾ, ਤੁਮਨੇ ਮੁਝੇ ਬਾਤ ਕਹਿਣੀ ਥੀ ਮੈਨੇ ਪੜ੍ਹ ਲਈ, ਠੀਕ ਹੈ ਕੋਈ ਫਰਕ ਨਹੀਂ, ਲੇਕਿਨ ਆਪਣੀ ਔਰ ਵੀ ਫੈਮਿਲੀ ਹੈ ਵੋ ਫਿਰ ਐਵੇਂ ਆਪ ਮੇਰੇ ਕੋ ਗਲਤ ਲਿਖੋਗੇ, ਅਗਲੇ ਫਿਰ ਸਿੱਧਾ ਗਾਲੀ ਗਲੋਚ ਕਰੇਂਗੇ, ਉਹ ਫਿਰ ਕਮੈਂਟ ਕਾ ਮਾਹੌਲ ਖਰਾਬ ਹੋਗਾ, ਆਪਕਾ ਵੀ ਮਾਹੌਲ ਖਰਾਬ ਹੋਗਾ, ਮੇਰਾ ਵੀ ਮਾਹੌਲ ਖਰਾਬ ਹੋਗਾ, ਇਸ ਲਈ ਮੈਂ ਲੜਨਾ ਨਹੀਂ ਚਾਹਤਾ, ਠੀਕ ਹੈ। ਬਾਕੀ ਜੋ ਸੱਚ ਹੈ ਉਹ ਸੱਚ ਹੈ, ਸਿੱਧੀ ਸੀ ਬਾਤ, ਹਮ ਪਿੱਛੇ ਨਹੀਂ ਹਟਤੇ, ਜੋ ਹਮਨੇ ਕਹਾ ਹੈ ਵੋ ਹਮ ਮਾਨਤੇ ਹੈ ਕਿ ਹਮਨੇ ਕਹਾ ਹੈ,
बाकी काम धंधे की बात है कि माधव कोई काम धंधा ढूंढ ले, तो एक बारी जरा ब्लॉग अच्छे से देख लेना कि कैसे क्या करता हूँ, कैसे रहता हूँ, क्या करता हूँ, है ना। मैं क्या बोलूँ, चलो किसी ने बोला था मेरे को बोलना नहीं चाहिए, चुपचाप रहते हैं, बस चुपचाप ही रहना है। यार तुम्हें भी पता है कि जब मैंने कहा था तो कहा था, बाकी कोई नहीं, चल कोई चक्कर नहीं। इतनी मेहनत से आप कमेंट लिखते हो, है ना। अब लोगों को, लोग कमेंट इसलिए लिखते हैं ताकि जिसको लिखा है वो तो पढ़े ना पढ़े, लेकिन आसपास वाले सब पढ़ लें। ये मैं होने नहीं दूंगा, आपको पता ही है मेरा, ये सब मैं होने नहीं दूंगा। जितना एक्टिव मैं हूं ना अपने फोन को लेके, कोई चाहेगा भी ना गंद डालना तब भी गंद नहीं डालने दूंगा मैं, ऐसा सा बंदा हूं मैं। लड़ना मेरे को है नहीं, पहले भी मैंने सच बोला, अब भी मैंने सच बोला, कोई दिक्कत वाली बात तो है नहीं, ठीक है जी। बाकी चिंटू का बचाव हो गया, बेचारा अच्छा बंदा था। हाय, चलो गाइस इस व्लॉग को करते हैं यहीं पर एंड, फिर मुलाकात होगी कल। टिल देन लाइक करें, शेयर करें, सब्सक्राइब करें। हर हर महादेव का, राधे राधे। देख रहे हो क्या हालत हो रखी है मेरी, राधे राधे, हर हर महादेव। जय माता दी गाइस।